ਇੱਕ ਤੇ ਤੁਸੀਂ ਸਾਡੀਆਂ ਅੱਖਾਂ 'ਚ ਘੱਟਾ ਪਾਉਣ ਡਿਆ ਤੇ ਦੂਜਾ ਸਾਨੂੰ ਰੋ ਰੋ ਕੇ ਐਕਟਿੰਗ ਕਰਕੇ ਵਿਖਾਉਣ ਡਿਆ ਜਾ ਜਾਓ ਜਾ ਕੇ ਰੋਟੀ ਬਣਾਓ ਮੈਨੂੰ ਭੁੱਖ ਬੜੀ ਲੱਗੀ ਆ ਕੀ ਲੈਣ ਜਾਣਾ ਬਕਾਲੇ ਮੰਮੀ ਠੀਕ ਨਹੀਂ ਅਗਰ ਮੈਂ ਚੱਲ ਪਤਾ ਲੈ ਆਉਂਦੀ ਉਹਨਾਂ ਦਾ ਤੇ ਤੇਰਾ ਭਰਾ ਨਹੀਂ ਉੱਥੇ ਪਤਾ ਲੈਂਦਾ ਤੂੰ ਜਾਣਾ ਪਤਾ ਲੈਣ ਵੀਰੇ ਭਾਬੀ ਨੂੰ ਕਿਸੇ ਮੁੰਡੇ ਦਾ ਫੋਨ ਆਉਂਦਾ ਮੁੰਡੇ ਦਾ ਫੋਨ ਆਉਂਦਾ ਮੈਂ ਖੁਦ ਸੁਣਿਆ ਕੌਣ ਹੈ ਮੁੰਡਾ ਮੈਂ ਨਹੀਂ ਜਾਣਦੀ ਉਹਨੂੰ ਜਾਣ ਦੇ ਇਹਨੂੰ ਤੂੰ ਕੀ ਕਰਨਾ ਰੱਖ ਕੇ ਕੀ ਪੁੱਛਣਾ ਹੈ ਮੁੰਡੇ ਕਿਹੜਾ ਕਿਹੜਾ ਮੁੰਡਾ ਕਿਹੜਾ ਨਹੀਂ ਪਤਾ ਤੇ ਲੱਗੇ ਕਿਹਦੇ ਨਾਲ ਗੱਲ ਕਰਦੀ ਕੋਈ ਪਤਾ ਲੋੜ ਦੀ ਲੋੜ ਨਹੀਂ ਇਹਨੂੰ ਦੱਸਦੀ ਕੋ ਵੀ ਇਹਨੂੰ ਜਾਣ ਦੇ ਮੈਂ ਜਾਣਦੀ ਨਹੀਂ ਉਹ ਮੇਰੇ ਕੋਲ ਹੁਣ ਇੱਕੋ ਹੀ ਰਸਤਾ ਆਇਆ ਮੌਤ ਅੱਛਾ ਅੱਛਾ ਪੁੱਜ ਗਏ ਸਮਝ ਚੱਲ ਉੱਥੇ ਆਇ ਕਰਦੇ ਪਾਲਟੀ ਛਾਲਟੀ ਬਿਲਕੁਲ ਮੈਂ ਵੇਖੀ ਯਾ ਤਾਂ ਕਿੱਦਾਂ ਵੀਰਾਂ ਦੇ ਡੱਟ ਪਟਾਉਂਦੇ ਅੱਜ ਸੱਜਣਾ ਓ ਯਾਰ ਇੱਕ ਮਿੰਟ ਇੱਕ ਮਿੰਟ ਕੀ ਹੋ ਗਿਆ ਓਏ ਯਾਰ ਉਹ ਕੁੜੀ ਨਹਿਰ 'ਚ ਸ਼ਾਰ ਮਾਰਨ ਲੱਗੀ ਯਾਰ ਮੈਨੂੰ ਲੱਗਦਾ ਕੋਈ ਕੁਛ ਕਰਨ ਲੱਗੀ ਦਫਾ ਕਰ ਆਪਾਂ ਨੂੰ ਵੀ ਯਾਰ ਨਹੀਂ 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 ਯਾਰ ਖਿਲਾਰ ਮੇਰਾ ਵੀਰ ਯਾਰ ਖਿਲਾਰ ਖਿਲਾਰ ਯਾਰ ਤੂੰ ਇੱਕ ਨਾ ਬਣ ਜਾ ਕਰ ਮਹਾਤਮਾ ਬਾਰ ਬਾਰ ਕਰਨੀ ਪਉਂਦਾ ਆਜਾ ਚੱਲੀਏ ਨਹੀਂ ਤੂੰ ਜਾ ਮੇਰੀ ਜੈ ਆਈ ਆ ਹੈਲੋ ਭੈਣੇ ਕਰਦੀ ਪਈ ਆ ਮੈਂ ਮਰਨਾ ਚਾਹੁੰਦੀ ਮੈਂ ਨਹੀਂ ਜਿੰਨਾ ਚਾਹੁੰਦੀ ਹੈਗੀ ਮੈਂ ਬਹੁਤ ਤੰਗ ਆਈ ਆਪਣੀ ਜ਼ਿੰਦਗੀ ਤੋਂ ਕੋਈ ਮੇਰਾ ਸਾਥ ਨਹੀਂ ਦੇਣ ਦਿਆ ਨਾ ਮੇਰੇ ਸਹੁਰੇ ਘਰ ਦੇ ਨਾ ਮੇਰਾ ਪਤੀ ਨਾ ਮੇਰੇ ਮਾਂ ਪਿਓ ਸਿਰਫ ਇੱਕ ਮੁੰਡੇ ਦੇ ਕਰਕੇ ਜਿਹਨੂੰ ਮੈਂ ਜਾਣਦੀ ਨਹੀਂ ਹੈਗੀ ਭੈਣੇ ਜਿਹੜੇ ਮੁੰਡੇ ਦੀ ਤੂੰ ਗੱਲ ਕਰਦੀ ਪਈ ਆ ਨਾ ਮੈਂ ਉਸੇ ਦਾ ਹੀ ਯਾਰ ਹਾਂ ਉਸੇ ਮੁੰਡੇ ਕਰਕੇ ਤਾਂ ਅੱਜ ਮੈਂ ਇੱਥੇ ਖੜੀ ਹਾਂ ਉਹਦੇ ਕਰਕੇ ਮੇਰਾ ਪਤੀ ਮੇਰੇ ਖਿਲਾਫ਼ ਹੋ ਗਿਆ ਮੇਰਾ ਵਿਸ਼ਵਾਸ ਨਹੀਂ ਕਰਦੇ ਮੇਰੇ ਪਤੀ ਮੈਂ ਹੁਣ ਕਿਹਦੇ ਵਾਸਤੇ ਜੀਵਾਂ ਮੇਰੇ ਸਹੁਰੇ ਨੇ ਮੈਨੂੰ ਘਰੋਂ ਕੱਢਤਾ ਸਿਰਫ ਇੱਕ ਫੋਨ ਕਰਕੇ ਨਾ ਮੈਂ ਉਹਦੀ ਕਦੀ ਫੋਨ ਸੁਣਿਆ ਮੈਂ ਕੀ ਕਰਾਂ ਹੁਣ ਜੀ ਕੇ ਮੈਂ ਨਹੀਂ ਜੀਣਾ ਮੈਂ ਖੁਦਕੁਸ਼ੀ ਕਰਨੀ ਆ ਚੱਲ ਭੈਣੇ ਜੇ ਤੂੰ ਮਰਨਾ ਤਾਂ ਮਰ ਕੋਈ ਗੱਲ ਨਹੀਂ ਪਰ ਮੇਰੀ ਇੱਕ ਗੱਲ ਦਾ ਜਵਾਬ ਜ਼ਰੂਰ ਦੇਈਂ ਮੰਨ ਲਾ ਅੱਜ ਤੂੰ ਖੁਦਕੁਸ਼ੀ ਕਰ ਲੈਂਦੀ ਆ ਕੱਲ੍ਹ ਨੂੰ ਤੇਰਾ ਸਹੁਰਾ ਪਰਿਵਾਰ ਨਵੀਂ ਵੋਟੀ ਲੈ ਆਊਗਾ ਫਿਰ ਉਹ ਉਹਨੂੰ ਵੀ ਤੰਗ ਕਰਨਗੇ ਕੱਲ੍ਹ ਨੂੰ ਉਹ ਵੀ ਖੜੂਗੀ ਤੇਰੀ ਜਗ੍ਹਾ ਇੱਥੇ ਨਹਿਰ 'ਚ ਛਾਲ ਮਾਰਨ ਨੂੰ ਫਿਰ ਦੱਸ ਕੀ ਕਰੇਗੀ ਇੱਕ ਗੱਲ ਹੋਰ ਨਾਲੇ ਸਾਡੇ ਗੁਰੂਆਂ ਨੇ ਸਾਨੂੰ ਜ਼ੁਲਮ ਸਹਿਣਾ ਨਹੀਂ ਜ਼ੁਲਮ ਨਾਲ ਲੜਨਾ ਸਿਖਾਇਆ ਗੱਲ ਤਾਂ ਤੁਹਾਡੀ ਠੀਕ ਆ ਵੀਰ ਜੀ ਹੁਣ ਮੈਂ ਜ਼ੁਲਮ ਸਹਾਂਗੀ ਨਹੀਂ ਜ਼ੁਲਮ ਨਾਲ ਲੜਾਂਗੀ ਚੱਲ ਆ ਭੈਣੇ ਚੱਲੀਏ ਮੈਂ ਤੈਨੂੰ ਘਰੇ ਤੱਕ ਨਾਲੇ ਛੱਡ ਦੂੰਗਾ ਹੁਣ ਚੁੱਪ ਰਹਿ ਕੇ ਵੀ ਸਰਨਾ ਨਹੀਂ ਦੁਨੀਆ ਕੋਲੋਂ ਡਰਨਾ ਨਹੀਂ ਉੱਠ ਦੁਨੀਆ ਨਾਲ ਲੜ ਲੈ ਤੂੰ ਹੁਣ ਕੁੱਟ ਕੁੱਟ ਕੇ ਜਮਰਨਾ ਨਹੀਂ ਚੁੱਪ ਰਹਿ ਕੇ ਵੀ ਸਰਨਾ ਨਹੀਂ ਦੁਨੀਆ ਕੋਲੋਂ ਡਰਨਾ ਨਹੀਂ ਉੱਠ ਦੁਨੀਆ ਨਾਲ ਲੜ ਲੈ ਤੂੰ ਹੁਣ ਕੁੱਟ ਕੁੱਟ ਕੇ ਜਮਰਨਾ ਨਹੀਂ ਆਪਣੀ ਤਾਂ ਤਕਦੀਰ ਏ ਕੁੜੀਏ ਖੁਦ ਨੂੰ ਹੀ ਬਣਾਉਣੀ ਪੈਂਦੀ ਏ ਹੁੰਦਾ ਹੋਵੇ ਜ਼ੁਲਮ ਤੇ ਤਾਂ ਤਲਵਾਰ ਹੀ ਉਠਾਉਣੀ ਪੈਂਦੀ ਏ ਹੁੰਦਾ ਹੋਵੇ ਜ਼ੁਲਮ ਤੇ ਤਾਂ ਤਲਵਾਰ ਹੀ ਉਠਾਉਣੀ ਪੈਂਦੀ ਏ ਬੱਲੇ ਬੱਲੇ ਬੜਾ ਆਸਤਾ ਨਿਕਲਿਆ ਇਹ ਮਹਾਤਮਾ ਆਪਣੇ ਵਾਲਾ ਕੁੜੀ ਨੂੰ ਪਹਿਲੀ ਵਾਰ 'ਚ ਗੱਡੀ 'ਚ ਲਾਇਆ ਚੱਲ ਬੱਲੇ ਤੇਰੇ ਕਿਹੜੀ ਆ ਓਏ ਬੱਲੇ ਇੱਕ ਹੀਰਾ ਉੱਤੋਂ ਕੋਹੀਨੂਰ ਤੂੰ ਤੇ ਸੱਜਣਾ ਲੈ ਵੀ ਹਟਿਆ ਨਹੀਂ ਆਇਆ ਉਹ ਬਸ ਕਰ ਢਗਿਆ ਰਿਹਾ ਯਾਰ ਤੇਰਾ 24 ਘੰਟੇ ਇਹੀ ਕੰਮ ਹੁੰਦਾ ਯਾਰ ਕੁੜੀਆਂ ਸ਼ਹਿਰਾਂ ਤੋਂ ਸਵਾ ਤੈਨੂੰ ਹੋਰ ਕੋਈ ਕੰਮ ਵੀ ਹੈਗਾ ਕਿ ਨਹੀਂ ਤੈਨੂੰ ਪਤਾ ਉਹ ਗੱਡੀ 'ਚ ਕਿਉਂ ਆਈ ਆ ਵਿਚਾਰੀ ਕਿਉਂ ਕਿਉਂ ਆਈ ਆ ਤੇਰੀਆਂ ਕਾਲੀਆਂ ਕਰਤੂਤਾਂ ਕਰਕੇ ਆਈ ਆ ਤੁਹਾਨੂੰ ਅੱਧੀ ਅੱਧੀ ਰਾਤੀ ਫੋਨ ਕਰਦਾ ਹੁੰਦਾ ਸੀ ਕਿ ਨਹੀਂ ਕਰਦਾ ਸੀ ਉਹੀ ਤੇਰੀਆਂ ਕਰਤੂਤਾਂ ਕਰਕੇ ਵਿਚਾਰੀ ਆਤਮ ਹੱਤਿਆ ਕਰਨ ਆਈ ਕਿਉਂਕਿ ਉਹਦਾ ਸਹੁਰਾ ਪਰਿਵਾਰ ਉੱਤੇ ਸ਼ੱਕ ਕਰਦਾ ਸੀ ਪਤਾ ਨਹੀਂ ਕਿਹੜੇ ਮੁੰਡੇ ਦਾ ਫੋਨ ਆਉਂਦਾ ਪਿਆ ਉੱਤੋਂ ਉਹਦਾ ਪਤੀ ਵੀ ਉੱਥੇ ਸ਼ੱਕ ਕਰਨ ਲੱਗ ਪਿਆ ਯਾਰ ਮਨਦੀਪ ਤੈਨੂੰ ਪਤਾ 100 ਵਾਰੀ ਹਾਸੀਆਂ ਖੇਡੀਆਂ ਕਰਦੇ ਰਹੀਏ ਪਰ ਅਸੀਂ ਯਾਰ ਕਦੀ ਕਿਸੇ ਦੀ ਜਾਨ ਨਾਲ ਨਹੀਂ ਖੇਡ ਸਕਦੇ ਮੈਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਮੇਰੀਆਂ ਛੋਟੀਆਂ ਜੀਆਂ ਇਹ ਹਾਸੀਆਂ ਖੇਡੀਆਂ ਕਿਸੇ ਦੀ ਜਾਨ ਲੈਣ ਤੱਕ ਜਾ ਸਕਦੀਆਂ ਨੇ
मेरे तो सच्ची गलती होगी, मैं माफ कर दे यार, अज तो बाद तेरी चंगी संगत ही करा, अज तो बाद हरिया पुठा कम नहीं करता, तो तुम भी मैं माफ कर दो, अज तो बाद तुम बिल्कुल तंग नहीं करा, तो ना ही किसी होर कुड़ी नूं करा, मैं तुहाडे दोनों नूं अज वादा करदा हां। ठीक है, तुसी मेरी हेल्प करनी जे फिर एक काम च, जे वादा कीता ना मेरे नाल हेल्प भी करो, हुण तुसी जिदां दी हेल्प कहिंदे हो अहीं जी जान ला देंगे, मैनूं तूं अपने वांगू चंगी चंगी संगत दे विच ही रख, ते तुसी वी किसे गल दी फिकर नहीं करनी, अज तो तुसी हां दोनों नूं अपना भरा ही समझो, किसे तरह दी लोड़ मदद दी लोड़ होए अहीं अगे हो के तुहाडा साथ देवांगे। ठीक है, जे मैं अज तां भैण आं ना तुहाडी, ते मेरी हेल्प करो एक। हेलो। हाँ जी, कौन पछाणवा भला दिमाग ते जोर पा के कौन बोलदा? ਮੈਨੂੰ ਕੀ ਪਤਾ, ਤੁਸੀਂ ਫੋਨ ਲਾਇਆ, ਤੁਸੀਂ ਦੱਸੋ ਤੁਸੀਂ ਕੌਣ? ਚਲੋ ਗੱਲ ਨਾ ਮੁੱਦੇ 'ਤੇ ਆਉਂਦਾ, ਜ਼ਿਆਦਾ ਵੰਗ ਤਰਿੰਗ ਤਾਂ ਮੈਨੂੰ ਆਉਂਦੀ ਨਹੀਂ ਆ, ਤੁਹਾਡੇ ਕੋਲ ਤੁਸੀਂ ਪੇਪਰ ਚੱਲਦੇ ਪਏ ਆ ਨਾ, ਜਿਹੜਾ ਸਾਹਮਣੇ ਪਹਿਲੀ ਰੋਅ ਦੇ ਵਿੱਚ ਬੈਠਾ ਹੁੰਦਾ ਨਾ, ਮੈਂ ਉਹੀ ਬੋਲਦਾ। ਮੈਂ ਕੀ ਕਰਾਂ ਜੇ ਬੈਠਾ ਹੁੰਦਾ ਤੇ? ਬਸ ਯਾਰ, ਤੁਹਾਡੇ ਨਾਲ ਪਿਆਰ ਹੋ ਗਿਆ। ਚਾਹੁੰਦਾ ਕੀ ਆ ਤੂੰ, ਲੱਗਦਾ ਤੈਨੂੰ ਛਿੱਤਰਾਂ ਦੀ ਘਾਟ ਆ। ਚਾਹੁੰਦਾ ਤਾਂ ਮੈਂ ਤੈਨੂੰ ਹੀ ਹਾਂ, ਬਸ ਜਿਹੜਾ ਤੇਰੀ ਬਾਹੀਂ ਚੂੜਾ ਪਿਆ ਨਾ, ਮੈਨੂੰ ਇਹ ਨਹੀਂ ਚੰਗਾ ਲੱਗਦਾ, ਮੈਂ ਹੁਣ ਚਾਹੁੰਦਾ ਕਿ ਜਿਹੜਾ ਚੂੜਾ ਲੱਥ ਜੇ ਤੇ ਮੇਰੇ ਨਾਂ ਦਾ ਪੈ ਜੇ। ਸਰਦਾਰਾਂ ਦੀ ਧੀ ਆ, ਸਰਦਾਰਾਂ ਦੀਆਂ ਧੀਆਂ ਇੱਕੋ ਵਾਰ ਚੂੜਾ ਪਾਉਂਦੀਆਂ ਹੁੰਦੀਆਂ, ਬਾਰ ਬਾਰ ਨਹੀਂ। ਜੇ ਤੇਰਾ ਅੱਗੇ ਤੋਂ ਫੋਨ ਆ ਗਿਆ ਨਾ ਤੇ ਛਿੱਤਰ ਬੜਾ ਵਾਉਂਗੀ। ਆਏਗੀ ਆਏਗੀ, ਮੈਂ ਤੇ ਤੂੰ ਆਏਗੀ। ਜਿਹੜੇ ਹਿਸਾਬ ਨਾਲ ਮੈਸੇਜ ਆਉਂਦੇ ਲੱਗਦਾ ਨੀ ਤੂੰ ਜਾਣਦੀ ਨਾ ਹੋਵੇਗੀ, ਚੰਗੀ ਜਾਣ ਪਛਾਣ ਲੱਗਦੀ ਆ। ਦੱਸ ਰਾਜੂ, ਮੈਂ ਭੋਲਾ ਜ਼ਰੂਰ ਆ ਪਰ ਮੈਨੂੰ ਸ਼ਦਾਈ ਨਾ ਬਣਾ, ਤੇਰਾ ਨਾਂ ਲਿਖਿਆ ਉਹਨੇ ਮੈਸੇਜ 'ਚ। ਗਗਨ, ਮੇਰਾ ਨਾਮ ਲਿਆ, ਇਹ ਫਿਰ ਉਹ ਮੁੰਡਾ ਹੋਣਾ ਜਿਹਨੇ ਕੱਲ੍ਹ ਮੈਨੂੰ ਫੋਨ ਕੀਤਾ ਸੀ, ਜਿੱਥੇ ਮੇਰੇ ਪੇਪਰ ਹੋਏ ਉਹਦਾ ਵੀ ਉੱਥੇ ਸੈਂਟਰ ਸੀ। ਅੱਛਾ, ਤੇ ਹੁਣ ਫੋਨ ਵੀ ਆਉਂਦਾ ਵਾ, ਕਿੱਦਾਂ ਦਾ ਆਉਂਦਾ ਫੋਨ ਇਹ ਦੱਸ। ਇਹ ਜਦੋਂ ਪੇਪਰ ਦੇਣ ਗਏ ਲੱਗਦਾ ਉਦੋਂ ਦੀ ਤੇਰੀ ਗੱਲਬਾਤ ਚੱਲਣ ਡੀ ਆ, ਤੈਨੂੰ ਪੇਪਰ ਦੇਣ ਲਈ ਘੱਲਿਆ ਸੀ ਨਾ ਕਿ ਪੇਚੇ ਲੜਾਉਣ ਨੂੰ। ਮੇਰੇ ਪਿਆਰ 'ਚ ਕੀ ਕਮੀ ਰਹਿ ਗਈ ਸੀ ਰਾਜੂ, ਜੋ ਤੂੰ ਮੈਨੂੰ ਇਹ ਸਜ਼ਾ ਦੇਣ ਡੀ ਆ, ਤਾਂ ਹੀ ਤੂੰ ਉੱਥੇ ਜਾ ਕੇ ਸੈਂਟਰ ਭਰਿਆ ਵਾ, ਇੱਥੇ ਗੁਰਦਾਸਪੁਰ 'ਚ ਕਾਲਜ ਘੱਟ ਆ। ਜੇ ਤੂੰ ਹੁਣ ਆਪਣਾ ਰਾਹ ਚੋਂ ਨਹੀਂ ਲਿਆ ਨਾ, ਚੱਲ ਠੀਕ ਆ, ਤੂੰ ਚੱਲ ਪੇਕੇ, ਨਹੀਂ ਤੂੰ ਚੱਲ ਪੇਕੇ। ਨਹੀਂ ਗਗਨ, ਤੁਸੀਂ ਇੱਦਾਂ ਕਿੱਦਾਂ ਕਰ ਸਕਦੇ ਹੋ ਮੇਰੇ ਨਾਲ? ਪਲੀਜ਼ ਗਗਨ, ਮੇਰਾ ਨਹੀਂ ਕੋਈ ਕਸੂਰ, ਪਲੀਜ਼ ਮੇਰੇ ਤੇ ਯਕੀਨ ਕਰੋ। ਮੈਂ ਹੁਣ ਤੇਰੇ ਤੇ ਕੀ ਯਕੀਨ ਕਰਾਂ, ਮੈਂ ਤਾਂ ਸਾਰਾ ਕੁਝ ਅੱਖੀ ਦੇਖ ਲਿਆ, ਤੂੰ ਚੱਲ। ਪਲੀਜ਼ ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ ਆ। ਰਾਜ, ਤੂੰ ਮੰਮੀ ਮੈਨੂੰ ਗਗਨ ਨੇ ਘਰੋਂ ਬਾਹਰ ਕੱਢ ਦਿੱਤਾ। ਕਿਉਂ, ਕੀ ਹੋਇਆ ਸੀਗਾ?
ਕੀ ਗੱਲ ਹੋਈ ਆ ਚੱਲ ਆਏ ਅੰਦਰ ਆ ਹੁਣ ਕੀ ਕਰਨਾ ਇਹਦਾ ਉਹਨਾਂ ਕੁੜੀ ਨੂੰ ਵੀ ਘਰ ਭੇਜ ਦਿੱਤਾ ਵਾ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੈਂ ਜੋ ਸਾਰੇ ਕਾਲ ਰਿਕਾਰਡਿੰਗ ਕਢਾਉਣਾ ਆ ਹੈਗਾ ਮੇਰਾ ਦੋਸਤ ਇੱਕ ਤੇ ਗਗਨ ਦੇ ਮੂੰਹ ਤੇ ਮਾਰ ਕੇ ਆਊਂਗਾ ਮੈਂ ਪਤਾ ਕਰਦਾ ਵੀ ਕਿਹੜਾ ਬੰਦਾ ਫੋਨ ਕਰਦਾ ਸੀ ਤੂੰ ਕਿੱਧਰ ਆ ਗਈ ਆ ਤੈਨੂੰ ਤੇ ਘਰੋਂ ਕੱਢਿਆ ਵਾ ਆਂਟੀ ਜੀ ਜੇ ਤੁਸੀਂ ਆਪਣੀ ਨੂੰਹ ਨੂੰ ਘਰੋਂ ਬਾਹਰ ਕੱਢਣਾ ਨਾ ਫਿਰ ਆਪਣੀ ਧੀ ਨੂੰ ਵੀ ਘਰੋਂ ਬਾਹਰ ਕੱਢੋ ਤੂੰ ਕੌਣ ਨਾ ਸਲਾਹ ਦੇਣ ਵਾਲਾ ਤੈਨੂੰ ਕਿਹਨੂੰ ਸੱਦਿਆ ਇੱਥੇ ਮੈਂ ਉਹੀ ਹਾਂ ਜਿਹੜਾ ਤੁਹਾਡੀ ਨੂੰਹ ਨੂੰ ਅਤੇ ਨਾਲੇ ਤੁਹਾਡੀ ਕੁੜੀ ਨੂੰ ਫੋਨ ਕਰਦਾ ਸੀ ਅੱਛਾ ਅਤੇ ਤੂੰ ਆਓ ਹੈ ਨਾ ਹਾਂ ਮੈਂ ਹੀ ਆਓ ਪਰ ਦੋ ਮਿੰਟ ਠੰਡੇ ਦਿਮਾਗ ਨਾਲ ਮੇਰੀ ਗੱਲ ਸੁਣੋ ਦੋ ਮਿੰਟ ਬੈਠੋ ਮੇਰੀ ਗੱਲ ਸੁਣੋ ਮੈਂ ਮੰਨਦਾ ਹਾਂ ਮੈਂ ਇਹਨਾਂ ਨੂੰ ਦੋਨਾਂ ਨੂੰ ਫੋਨ ਕਰਕੇ ਬਹੁਤ ਵੱਡੀ ਗਲਤੀ ਕੀਤੀ ਆ ਪਰ ਮੇਰੀ ਗਲਤੀ ਭਾਵੇਂ ਬਖਸ਼ਣ ਯੋਗ ਨਹੀਂ ਆ ਮੈਂ ਆਪਣੀ ਹਰ ਸਜ਼ਾ ਦੇ ਲਈ ਤਿਆਰ ਹਾਂ ਪਰ ਗਲਤੀ ਜਿਹੜੀ ਤੁਸੀਂ ਕੀਤੀ ਉਹ ਵੀ ਬਖਸ਼ਣ ਯੋਗ ਨਹੀਂ ਆ ਕਿਉਂਕਿ ਜਿੰਨਾ ਕੁ ਕਸੂਰਵਾਰ ਮੈਂ ਵਾਂ ਉਹ ਤੋਂ ਵੱਡੇ ਕਸੂਰਵਾਰ ਤੁਸੀਂ ਹੋ ਅਸੀਂ ਕਿਹੜੀ ਗਲਤੀ ਕੀਤੀ ਹੈ ਜੇ ਮੈਂ ਉਹਨਾਂ ਨੂੰ ਉਹਦੀ ਮਰਜ਼ੀ ਦੇ ਖਿਲਾਫ ਫੋਨ ਕਰਦਾ ਸੀ ਉਹਨੂੰ ਤੰਗ ਕਰਦਾ ਸੀ ਪਰੇਸ਼ਾਨ ਕਰਦਾ ਸੀ ਤਾਂ ਤੁਸੀਂ ਕਿਹੜੀ ਉਹਦੀ ਮਦਦ ਕੀਤੀ ਤੁਹਾਨੂੰ ਸਗੋਂ ਚਾਹੀਦਾ ਸੀ ਉਹਦੇ ਹੱਕ ਵਿੱਚ ਹੁੰਦੇ ਤੁਸੀਂ ਵੀ ਉਹਦੇ ਐਂਟੀ ਹੋ ਗਏ ਤਾਂ ਜੇ ਉਹ ਵਿਚਾਰੀ ਕਿੱਧਰ ਜਾਂਦੀ ਨਾ ਉਹਦੀ ਉਹਦੇ ਪੇਕਿਆਂ ਨੇ ਸੁਣੀ ਉਹ ਸੁਸਾਈਡ ਅਟੈਂਪਟ ਕਰਨ ਲੱਗੀ ਸੀ ਉਹ ਖੁਦਕੁਸ਼ੀ ਕਰਨ ਲੱਗੀ ਤਾਂ ਕਰਕੇ ਆ ਮੌਕੇ ਸਿਰ ਮੇਰੇ ਯਾਰ ਨੇ ਵੇਖ ਲਿਆ ਉਹਨੂੰ ਸੁਸਾਈਡ ਵੇਖ ਕਰਦੀ ਨੂੰ ਤਾਂ ਕਰਕੇ ਅਸੀਂ ਉੱਥੇ ਮੌਕੇ ਸਿਰ ਪਹੁੰਚ ਕੇ ਵਾਰਦਾਤ ਹੋਣ ਤੋਂ ਰੋਕ ਲਿਆ ਨਹੀਂ ਤਾਂ ਕਿੱਦਾਂ ਰੋਕਦੇ ਅੱਜ ਭਾਣਾ ਵਰਤ ਜਾਣਾ ਸੀ ਨਾ ਬਾਕੀ ਮੈਂ ਆਪਣੀ ਹੋਈ ਗੁਸਤਾਖੀ ਲਈ ਫਿਰ ਦੁਬਾਰਾ ਖੀਮਾ ਮੰਗਦਾ ਹਾਂ ਅੱਗੇ ਤੁਹਾਡੀ ਮਰਜ਼ੀ ਆ ਤੁਸੀਂ ਪੁਲਿਸ ਕੋ ਦੇਣਾ ਜੋ ਤੁਸੀਂ ਮੈਨੂੰ ਆਪਣੀ ਸਜ਼ਾ ਦੇਣੀ ਆ ਵੀਰ ਤੇਰਾ ਬਹੁਤ ਬਹੁਤ ਧੰਨਵਾਦ ਯਾਰ ਤੇਰੇ ਕਰਕੇ ਅੱਜ ਮੇਰਾ ਘਰ ਟੁੱਟਣ ਤੋਂ ਬਚ ਗਿਆ ਬਾਕੀ ਯਾਰ ਸਾਨੂੰ ਆਪਣੇ ਪਾਰਟਨਰ 'ਤੇ ਇੱਦਾਂ ਸ਼ੱਕ ਨਹੀਂ ਕਰਨਾ ਚਾਹੀਦਾ ਵਿਸ਼ਵਾਸ ਕਰਨਾ ਚਾਹੀਦਾ ਆ ਕਈ ਵਾਰੀ ਮਤਲਬ ਉਹਦੀ ਗਲਤੀ ਨਹੀਂ ਵੀ ਹੁੰਦੀ ਕਈ ਵਾਰੀ ਅੱਖੀਂ ਦੇਖਿਆ ਅਤੇ ਕੰਨੀ ਸੁਣਿਆ ਵੀ ਗਲਤ ਹੋ ਜਾਂਦਾ ਆ ਅਤੇ ਤੇਰਾ ਬਹੁਤ ਬਹੁਤ ਧੰਨਵਾਦ ਵੀਰ ਬਾਕੀ ਚੱਲ ਗਲਤੀ ਤੂੰ ਵੀ ਕੀਤੀ ਆ ਚੰਗੀ ਗੱਲ ਆ ਤੈਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਅਤੇ ਤੇਰਾ ਵੀਰ ਬਹੁਤ ਬਹੁਤ ਧੰਨਵਾਦ ਕੋਈ ਨਾ ਕੋਈ ਨਾ ਵੀਰ ਜੀ ਭਾਬੀ ਜੀ ਮੈਨੂੰ ਮਾਫ਼ ਕਰ ਦਿਓ ਮੈਂ ਐਵੇਂ ਤੁਹਾਨੂੰ ਦੇ 'ਤੇ ਬੇਵਜ੍ਹਾ ਸ਼ੱਕ ਕੀਤਾ ਅਤੇ ਨਾਲ ਵੀਰ ਜੀ ਨੂੰ ਤੁਹਾਡੇ ਖਿਲਾਫ਼ ਭੜਕਾਇਆ ਕੋਈ ਨਹੀਂ ਦੀਦੀ ਗਲਤੀ ਇਨਸਾਨ ਕੋ ਹੁੰਦੀ ਆ ਨਾ ਤੁਸੀਂ ਮੇਰੇ ਛੋਟੀਆਂ ਭੈਣਾਂ ਵਰਗੇ ਜੇ ਚੱਲ ਕੋਈ ਨਹੀਂ ਧੀਏ ਗਲਤੀ ਹੋ ਗਈ ਜਿਹੜੀ ਸਾਡੇ ਕੋਲ ਮਾਫ਼ ਕਰੀ ਹਨ ਅਤੇ ਜਿਹੋ ਜੀ ਰਾਹ ਜਿਹੋ ਜੀ ਤੂੰ ਵਾ ਹੁਣ ਤੁਹਾਡਾ ਵੀ ਪੁੱਤ ਧੰਨਵਾਦ ਨਾ 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 ਕੋਈ ਨਹੀਂ ਜਿਨ੍ਹਾਂ ਨੇ ਮੇਰੇ ਪੁੱਤ ਦਾ ਟੁੱਟਦਾ ਘਰ ਬਚਾ ਲਿਆ ਨਾ ਨਾ ਆਂਟੀ ਜੀ ਸਾਡਾ ਤਾਂ ਫਰਜ਼ ਸੀ ਕਿ ਘਰ ਵੱਸਦੇ ਰਹਿਣ ਹਮੇਸ਼ਾ ਚੱਲ ਪੁੱਤ ਬੈਠੋ ਹੁਣ ਚਾਹ ਪਾਣੀ ਪੀ ਕੇ ਜਾਓ ਨਾ ਨਾ ਆਂਟੀ ਜੀ ਚੱਲਦੇ ਹਾਂ ਬਹਿ ਜਾਓ ਸਤਿ ਸ਼੍ਰੀ ਅਕਾਲ ਜੀ ਚੱਲਦੇ ਹਾਂ ਚੰਗਾ ਜੀ ਸਤਿ ਸ਼੍ਰੀ ਅਕਾਲ ਹਾਂਜੀ ਇਸ ਵੀਡੀਓ ਵਿੱਚ ਛੋਟਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਇੱਕ ਹਸਬੈਂਡ ਵਾਈਫ ਨੂੰ ਇੱਕ ਦੂਜੇ 'ਤੇ ਇੰਨਾ ਜ਼ਿਆਦਾ ਵਿਸ਼ਵਾਸ ਹੋਣਾ ਚਾਹੀਦਾ ਆ ਕਿ ਜੇ ਕੋਈ ਉਹਨਾਂ ਵਿੱਚ ਤੀਜਾ ਬੰਦਾ ਆ ਵੀ ਜਾਂਦਾ ਹੈ ਨਾ ਤਾਂ ਇੰਨੀ ਛੇਤੀ ਡਿਸੀਜਨ ਨਾ ਲਿਆ ਜਾਵੇ ਪਹਿਲਾਂ ਮਾਮਲੇ ਦੀ ਪੂਰੀ ਜਾਂਚ ਪੜਤਾਲ ਕੀਤੀ ਜਾਵੇ ਫਿਰ ਜਾ ਕੇ ਡਿਸੀਜਨ ਲੈਣ ਇਹ ਨਹੀਂ ਆ ਕਿ ਨਿੱਕੀ ਜੀ ਕਿਸੇ ਕੋਲ ਗਲਤੀ ਹੋ ਗਈ ਦੋਵਾਂ 'ਚੋਂ ਇੱਕ ਜਾਣੇ ਕੋਲ ਅਤੇ ਘਰ 'ਚ ਲੜਾਈ ਪਾ ਕੇ ਬਹਿ ਗਏ ਅਤੇ ਦੂਜੀ ਗੱਲ ਇਹ ਆ ਮੇਰੀ ਨੌਜਵਾਨ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਵੀਰ ਦੂਜਿਆਂ ਦੀਆਂ ਧੀਆਂ ਭੈਣਾਂ ਨਾਲ ਇੱਦਾਂ ਕਰਦੇ ਆ ਕਿਰਪਾ ਕਰਕੇ ਉਹ ਨਾ ਕਰਨ ਕਿਉਂਕਿ ਜਦੋਂ ਦੂਜਿਆਂ ਦੀਆਂ ਧੀਆਂ ਭੈਣਾਂ ਨਾਲ ਅਸੀਂ ਇੱਦਾਂ ਕਰਦੇ ਹਾਂ ਨਾ ਉਦੋਂ ਦੇ ਬੜੇ ਮਜ਼ੇ ਆਉਂਦੇ ਆ ਪਰ ਜਦੋਂ ਕਿਤੇ ਆਪਣੀ ਧੀ ਭੈਣ ਨਾਲ ਇੱਦਾਂ ਹੁੰਦੀ ਆ ਨਾ ਤਾਂ ਉਦੋਂ ਸਿੱਧੀ ਦਿਲ 'ਤੇ ਛੁਰੀ ਵੱਜਦੀ ਆ ਅਤੇ ਸਭ ਤੋਂ ਜਿਹੜਾ ਮੇਨ ਮੈਸੇਜ ਸੀਗਾ ਇਸ ਵੀਡੀਓ ਦਾ ਉਹ ਇਹ ਸੀ ਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਕੀ ਹੁੰਦਾ ਹੈ ਕਿ ਅੱਜ ਦੇ ਯੁੱਗ ਵਿੱਚ ਵੀ ਸਹੁਰਾ ਪਰਿਵਾਰ ਬਹੁਤ ਜ਼ਿਆਦਾ ਕੁੜੀਆਂ ਨੂੰ ਤੰਗ ਕਰਦਾ ਹੈ ਅਤੇ ਉਸ ਕੰਡੀਸ਼ਨ ਵਿੱਚ ਕੁੜੀਆਂ ਨੂੰ ਇਹ ਸਭ ਸਹਿਣਾ ਨਹੀਂ ਚਾਹੀਦਾ ਕੁੜੀਆਂ ਨੂੰ ਸਗੋਂ ਅੱਗੇ ਹੋ ਕੇ ਉਸ ਜ਼ੁਲਮ ਦਾ ਟਾਕਰਾ ਕਰਨਾ ਚਾਹੀਦਾ ਹੈ ਅਤੇ ਉਸ ਕੰਡੀਸ਼ਨ ਵਿੱਚ ਜ਼ੁਲਮ ਸਹਿਣਾ ਨਹੀਂ ਜ਼ੁਲਮ ਨਾਲ ਲੜਨਾ ਚਾਹੀਦਾ ਹੈ ਅਤੇ ਜੇ ਤੁਹਾਨੂੰ ਵੀ ਇਹ ਵੀਡੀਓ ਵਿੱਚ ਦਿੱਤਾ ਮੈਸੇਜ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਵਧੀਆ ਮੈਸੇਜ ਪਹੁੰਚ ਸਕੇ ਅਤੇ ਜੇ ਤੁਸੀਂ ਸਾਡੇ ਚੈਨਲ ਬੀਂਗ ਸਿੱਖ 'ਤੇ ਪਹਿਲੀ ਵਾਰੀ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ
ਤੇ ਨਾਲ ਦੀ ਨਾਲ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਲਿਓ। ਸਾਡੀ ਇੰਸਟਾਗ੍ਰਾਮ ਆਈਡੀ ਹੈ tejinder.sandeep। ਇੱਧਰ ਕਿਤੇ ਤੁਸੀਂ ਉਸਦਾ ਸਕਰੀਨਸ਼ੋਟ ਦੇਖ ਸਕਦੇ ਜੇ। ਤੇ ਇੰਸਟਾਗ੍ਰਾਮ ਤੇ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ। ਇੰਸਟਾਗ੍ਰਾਮ ਤੇ ਵਿਜ਼ਿਟ ਕਰਕੇ ਇੱਕ ਵਾਰੀ ਜ਼ਰੂਰ ਫੋਲੋ ਕਰ ਲਿਓ। ਤੇ ਇਸੇ ਤਰ੍ਹਾਂ ਦੀਆਂ ਤੁਹਾਡੇ ਲਈ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਵਧੀਆ ਵਧੀਆ। ਤੇ ਆਪਣਾ ਪਿਆਰ ਬਣਾਈ ਰੱਖਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।